ਗੰਨੇ ਗੁੰਨੇ ਵਾਲੇ ਆ ਨਾ ਆਲੂ ਵਾਲੇ, ਉਹਨਾਂ ਖਾਤਰ ਵਧੀਆ ਚੀਜ਼ ਹੈ ਬਾਈ। ਲਓ ਜੀ ਬਾਈ, ਅੱਜ ਆਪਾਂ ਨੇ ਦੂਜਾ ਪਾਣੀ ਲਾਤਾ। ਪਹਿਲਾ ਪਾਣੀ ਤਾਂ ਚਲੋ ਮੀਂਹ ਨਾਲੇ ਲੱਗ ਗਿਆ ਤਾ ਆਪਣੀ ਕਣਕ ਨੂੰ। ਕਣਕ 'ਚ ਯਾਰ ਪੀਲਾ ਪੀਲਾ ਪਤਾ ਨਹੀਂ ਕਿਆ ਹੋ ਗਿਆ, ਮਾੜਾ ਜਿਹਾ ਦੱਸਿਓ ਜੇ ਕਿਸੇ ਨੂੰ ਪਤਾ ਪੱਤੇ ਪੀਲੇ ਪੀਲੇ ਜਿਹੇ ਹੋ ਗਏ। ਪਾਣੀ ਵੀ ਨਹੀਂ ਅੱਡਾ ਹੈਗਾ ਕੋਈ ਚੱਕਰ, ਪਤਾ ਨਹੀਂ ਯਾਰ ਕਿਆ ਇਹ ਪਲਕਣ ਦੀ ਆ ਗਈ ਪੱਤਿਆਂ 'ਚ। ਦੇਖੋ ਬਿਮਾਰੀ ਬਿਮੂਰੀ ਤਾਂ ਨਹੀਂ ਪੈ ਜਾਊ ਕੋਈ, ਫਿਰ ਤਾਂ ਸਪਰੇਅ ਸਪਰੂ ਕਰ ਦਈਏ ਕੋਈ ਵਧੀਆ ਜੀ ਕਿ ਨਹੀਂ। ਅਤੇ ਆਪਣਾ ਤਾਂ ਪਾਣੀ ਲੱਗਣ ਵਾਲਾ ਪਰਾਂਲੇ 3 ਕਿਆਰੇ ਰਹਿ ਗਏ, ਬਾਕੀ ਇੱਧਰਲੇ ਭਰ ਗਏ ਸਾਰੇ 10 ਕਿਆਰੇ। ਅਤੇ ਅਰਥ ਲੱਗਿਆ ਪਰ ਰੇਹ ਪਾਉਣ, ਆ ਚਾਚੇ ਵਾਲੇ ਖੇਤ ਆਲਾ ਆਲਾ ਵੀ ਉੱਪਰ ਰੇਹ ਪਾਤਾ, ਆਲੇ 'ਚ ਪੈ ਰਿਹਾ ਹੁਣ। ਇਹਦੇ ਬਾਅਦ ਉਹ ਵੀ ਵਿਹਲਾ, ਫਿਰ ਚਲੋ ਸਾਨੂੰ ਆਪਣਾ ਕਿਆਰਾ ਭਾਨਾ ਹਨੇਰਾ ਹੋ ਜਾਣਾ, ਬਾਕੀ ਆਪਾਂ ਸਵੇਰ ਵੀ ਲਾਉਂਗੇ ਪਾਣੀ। ਬਾਈ ਪਾਣੀ ਕੱਲ੍ਹ ਰਹਿ ਗਿਆ ਥੋੜ੍ਹਾ ਜਿਹਾ, ਅਤੇ ਰਹਿ ਤਾਂ ਗਿਆ ਹਨੇਰਾ ਹੋ ਗਿਆ ਤਾਂ, ਪਰ ਆਲਾ ਕਹਿ ਰਿਹਾ ਨਾ ਉੱਥੇ ਖੱਡਾ ਪੈਣੀ, ਉਹ ਫਿਰ ਕੋਲ ਖੜ ਕੇ ਪਾਣੀ ਲੱਗਦਾ, ਰਾਤ ਨੂੰ ਪਤਾ ਨਹੀਂ ਲੱਗਦਾ ਹੈਗਾ। ਬਈ ਜਿਹੜੀ ਨਾ ਇਹ ਸਵੇਰ ਹੈ ਆਹ ਆਪਣੇ ਖੇਤਾਂ ਵਾਲੀ, ਆ ਤੁਸੀਂ ਦੇਖ ਰਹੇ ਹੋ ਖਾਲਾਂ ਪਾਣੀ ਆ ਰਿਹਾ, ਮੋਢੇ ਕਹੀ ਆ ਠੀਕ ਆ, ਅਤੇ ਚਾਰੇ ਪਾਸੇ ਰੱਬ ਦਾ ਨਾਂ ਚੱਲ ਰਿਹਾ ਇਸ ਟਾਈਮ। ਬਹੁਤ ਸੋਹਣੀ ਧੁੱਪਾਂ ਨਿਕਲੀ ਵੀ, ਮਿੱਠੀ ਮਿੱਠੀ ਧੁੰਦ ਹੈ, ਬਹੁਤ ਸਕੂਨ ਆ ਜੀ 'ਚ ਬਹੁਤ ਹੀ ਜ਼ਿਆਦਾ। ਉਂਝ ਬਾਈ ਜੇ ਕਿਸੇ ਨੂੰ ਟੈਂਸ਼ਨ ਟੂਸ਼ਨ ਹੁੰਦੀ ਆ ਨਾ ਵੀ ਜੀ ਹਾਂ ਦਿਮਾਗ ਸੈੱਟ ਨਹੀਂ ਹੁੰਦਾ ਕਈ ਵਾਰ, ਬਸ ਖੇਤਾਂ ਮੈਂ ਲੰਘ ਜੇ ਕਰੋ ਆਪਣੇ ਆਪ ਸਾਰਾ ਕੁਝ ਲੋਟ ਹੋ ਜਾਂਦਾ, ਕੋਈ ਚੱਕਰ ਨਹੀਂ। ਬਸ ਖੇਤਾਂ ਵਿੱਚ ਸਕੂਨ ਆ, ਆਹ ਗੱਲ ਨੋਟ ਕਰ ਲਿਓ, ਕਿਤੇ ਜਾਣ ਦੀ ਲੋੜ ਨਹੀਂ ਹੈਗੀ। ਖੇਤਾਂ ਮੈਂ ਜਾ ਕਹੀ ਚਲਾ ਲਓ 15 ਮਿੰਟ, ਉਵੇਂ ਜਗ੍ਹਾ ਕਿਤੇ ਮਤਲਬ ਕਿ ਪੱਟ ਪੁੱਟਣ ਲੱਗ ਜਾਇਆ ਕਰੋ, ਬਦੇਰੀ ਜਗ੍ਹਾ ਉਹਦੇ ਪਹੀ ਪਹੀ ਸਾਫ਼ ਸੂਫ ਕਰ ਲਈ, ਖੱਬਲ ਖੁੱਟ ਚੱਲਿਆ ਉਦੋਂ ਵੀ ਕਰ ਲਓ, ਪਰ ਜਾਣੀ ਕਿ ਜਿੰਨਾ ਸਕੂਨ ਖੇਤਾਂ 'ਚ ਕਿਤੇ ਨਹੀਂ ਹੈਗਾ। ਆਹ ਵਿਊ ਜਿਹੜਾ ਖੇਤਾਂ ਵਾਲਾ ਨਾ, ਰੱਬ ਦਾ ਨਾਂ ਚੱਲ ਰਿਹਾ, ਧੁੱਪਾਂ ਆਏ ਹਾਏ ਹਾਏ ਕਿਆ ਬਾਤਾਂ। ਇਹ ਚੀਜ਼ ਨਹੀਂ, ਇਹ ਤਾਂ ਮੁੱਲ ਵੀ ਨਹੀਂ ਮਿਲਦੀ ਬਾਈ, ਜੋ ਮਰਜ਼ੀ ਕਰ ਲਓ ਜਿੰਨੇ ਮਰਜ਼ੀ ਪੈਸੇ ਲੈ ਲਓ, ਮੁੱਲ ਨਹੀਂ ਮਿਲੂਗੀ ਇਹ ਕੁਦਰਤੀ। ਜੇ ਤੁਹਾਨੂੰ ਜੇ ਤੁਸੀਂ ਜੰਮੇ ਹੋ ਪੰਜਾਬ 'ਚ ਨਾ, ਤਾਂ ਬਾਈ ਤੁਹਾਡੇ ਚੰਗੇ ਕਰਮੇ 'ਤੇ ਤਾਂ ਹੀ ਜੰਮੇ ਆ, ਪੰਜਾਬ ਵਰਗਾ ਸਵਰਗ ਕਿਤੇ ਨਹੀਂ ਹੈ ਬਾਈ, ਗੱਲ ਨੋਟ ਕਰ ਲਿਓ। ਕਾਹਦਾ ਸਕੂਨ ਆ, ਲਾਈਟ ਭੱਜ ਗਈ, ਹੁਣ ਲਾਈਟ ਨੂੰ ਦੇਖੀ ਜਾਓਗੇ ਕਿਆ ਫਾਇਦਾ ਯਾਰ। ਦੇਖਿਆ ਮੈਂ ਵੀ ਕੰਮ ਪੁੱਠਾ ਹੀ ਹੋ ਜਾਂਦਾ, ਲਾਈਟ ਭੱਜ ਗਈ ਯਾਰ ਕਿਆ ਕਰੀਏ, ਫਿਰ ਪਾਣੀ ਜਾ ਜਾਣਾ। ਚੱਲ ਕੋਈ ਨਹੀਂ, ਇੰਨੇ ਆਪਾਂ ਰੋਟੀ ਰੋਟੀ ਖਾਇਆ ਜੀ ਘਰਾਂ ਜਾ ਕੇ। ਲਓ ਜੀ ਬਾਈ ਟਰਾਲਾ ਖੜ੍ਹਾ ਜੀ, ਗੰਨਾ ਲੱਦ ਰਹੇ ਆਪਾਂ, ਅਤੇ ਟਰਾਲਾ ਹੈਗਾ 20 ਫੁੱਟ ਦਾ, 20.5 ਦਾ, ਬਾਕੀ ਬਾਪੂ ਜੀ ਨੂੰ ਜਾਣਕਾਰੀ ਲੈਂਦੇ, ਬਾਪੂ ਜੀ ਖੜ੍ਹੇ ਆ ਉੱਥੇ। ਟਰੈਕਟਰ ਜੌਂਡੀਅਰ 5465 HP ਜੀ ਠੀਕ ਹੈ, ਮਾਡਲ ਦੇਖੀ ਆਪਾਂ ਟਰੈਕਟਰ ਦਾ ਕਿੰਨਾ ਹੈ, ਯਾਨੀ ਕਿ ਬਾਈ ਖੇਤੀ ਸ਼ੌਂਕੀ ਆਪਣਾ 20 ਮਾਡਲ ਟਰੈਕਟਰ ਹੈ ਜੀ, ਅਤੇ ਖੇਤੀ ਪੂਰੇ ਸ਼ੌਂਕ ਨਾਲ ਕਰਦੇ ਹਾਂ। PTO ਤੁਹਾਡੇ ਦਿਖਾ ਦਿੰਦੇ, ਆਹ ਲੱਗੀ ਵੀ ਟਰਾਲੇ ਨੂੰ, ਅਤੇ ਗੰਨਾ ਲੋਡ ਹੋ ਜਾਣਾ ਹੁਣ ਜ਼ਿਆਦਾਤਰ ਸਾਰਾ, ਅਤੇ ਫਿਰ ਆਪਾਂ ਤੁਹਾਨੂੰ ਚਲਾ ਕੇ ਦਿਖਾਉਂਗੇ PTO ਦਾ ਫਰਕ ਠੀਕ ਹੈ ਜੀ। ਬਾਕੀ ਬਾਪੂ ਜੀ ਨੂੰ ਪੁੱਛਦੇ ਹਾਂ, ਆਜੋ ਬਾਪੂ ਜੀ। ਸਤਿ ਸ਼੍ਰੀ ਅਕਾਲ ਜੀ।
ਕੀ ਹਾਲ ਹੈ ਜੀ? ਬਸ ਇੱਧਰ ਨੂੰ ਹੋ ਜਾਓ ਮਾੜਾ ਜਿਹਾ ਟਰਾਲੇ ਕੋਲ ਨੂੰ। ਹਾਂਜੀ, ਅਤੇ ਟਰਾਲਾ ਬਾਰੇ ਮਾੜੀ ਜਾਣਕਾਰੀ ਦੇ ਦਿਓ ਜੀ। ਇਹ ਟਰਾਲਾ ਬੜੇ ਬਣਿਆ ਨੂਰ ਮਹਿਲ, ਨੂਰ ਮਹਿਲ ਦਾ ਬਣਿਆ ਵਾ, ਠੀਕ ਹੈ ਜੀ। 20 ਫੁੱਟ ਲੰਬਾਈ ਹੈ ਜੀ, 20 ਫੁੱਟ ਦੀ ਲੰਬਾਈ ਹੋਗੀ, 7.5 ਫੁੱਟ ਚੌੜਾਈ ਹੈ ਜੀ, ਠੀਕ ਹੈ ਜੀ। ਇਹਨੂੰ ਡਬਲ ਜੈਕ ਲੱਗੇ ਹੋਏ, ਡਬਲ ਜੈਕ ਹੈ, ਠੀਕ ਆ। ਸਿੰਗਲ ਹਿੱਸਾ, ਇਹਨੂੰ ਸਿੰਗਲ ਹਿੱਸਾ ਲੇ ਲੈਣ ਦਾ, ਉਹ ਵੀ ਲੇ ਲੈਣ ਦਾ ਹਿੱਸਾ ਲੱਗਿਆ ਵਾ, ਠੀਕ ਹੈ ਜੀ। ਜੋ 84 ਉਹ ਵੀ ਲੇ ਲੈਣ ਦੀ, ਠੀਕ ਹੈ ਜੀ। ਇਹਦੇ ਵਿੱਚ ਹਾਂਜੀ ਸ਼ਾਫਟ ਵੀ, ਪੀਟੀਓ ਸ਼ਾਫਟ ਵੀ ਲੱਗੀ, ਪੀਟੀਓ ਸ਼ਾਫਟ ਲੱਗੀ ਵੀ, ਹਾਂਜੀ ਆ ਦੇਖੋ। ਹਾਂਜੀ ਹਾਂ, ਇਹ ਆਪਾਂ ਹੁਣ ਚਲਾ ਕੇ ਦਿਖਾ ਦੂੰਗੇ। ਤੇ ਇਹਦੇ ਵਿੱਚ ਗੇਅਰ ਪੈਨੇ ਹੁੰਦੇ, ਕਿੱਦਾਂ ਚੱਲਦੀ ਹੈ ਇਹ? ਗੇਅਰ ਲੱਗੇ ਵਾ, ਗੇਅਰ ਬਕਸਾ ਲੱਗੇ ਵਾ, ਠੀਕ ਆ। ਇੱਕੋ ਗੇਅਰ ਲੱਗਣਾ ਹੈ, ਬਸ ਠੀਕ ਹੈ, ਠੀਕ ਹੈ। ਤੇ ਬਾਕੀ ਆਪਣਾ ਗੰਨਾ ਕਿੰਨਾ ਕੁ ਲੋਡ ਕਰ ਲੈਂਦੇ ਬਾਈ 'ਚ? 160-170 ਦੇ ਗੇੜ ਆ ਜਾਂਦਾ, ਠੀਕ ਆ। ਤੇ ਆਪਣੇ ਏਰੀਏ 'ਚ ਵੈਸੇ ਪਹਿਲੀ ਟਰਾਲਾ ਹੈ ਨਹੀਂ ਜਿਹੜਾ ਆਇਆ ਇਹੋ ਜਿਹਾ, ਅਤੇ ਪੀ ਟੀ ਵਾਲਾ ਪਹਿਲਾ ਇਹੀ ਆਪਣਾ। ਅਤੇ ਬਾਈ ਹੋਣੀ ਬਾਈ ਪਿੰਡ ਰਾਜੇ ਮਾਜਰ, ਇਹਨਾਂ ਦਾ ਜ਼ਮੀਨ ਇੱਧਰ ਆਪਣੀ ਮਦਵਾੜੇ ਕੋਲ ਆ ਇਹਨਾਂ ਦੀ। ਅਤੇ ਬਾਕੀ ਤੁਹਾਨੂੰ ਹੁਣ ਟਰੈਕਟਰ ਚਲਾ ਕੇ ਦਿਖਾਉਂਗੇ ਆਪਾਂ। ਆ ਤੁਸੀਂ ਇੰਨੇ ਟਰਾਲਾ ਦੇਖੋ ਬਾਈ, ਆ ਉਰੇ ਗੇਅਰ ਬਕਸਾ ਲੱਗਿਆ ਵਾ, ਠੀਕ ਹੈ ਜੀ। ਆ ਗੇਅਰ ਦਾ ਲੀਵਰ ਅੱਗੇ ਨੂੰ ਜਾਂਦਾ ਆਹ, ਅਤੇ ਬਾਕੀ ਜੈਕ ਲੱਗੇ ਵੇ ਆ, ਆਹ ਦੇਖੋ ਜੀ, ਆਹ ਜੈਕ ਲੱਗੇ ਵੇ ਆ, ਆਹ ਪੀਟੀ ਜਾਂਦੀ, ਉਹ ਪਿੱਛੇ ਇਹ ਉਹ ਜਾਂਦੀ ਆ, ਠੀਕ ਹੈ। ਬਾਕੀ ਆਪਾਂ ਤੁਹਾਨੂੰ ਪਿੱਛੇ ਵੀ ਦਿਖਾਉਂਦੇ ਹਾਂ, ਸਲਾਂਸਰ ਲੱਗੇ ਵੇ, ਤੂੰ ਆਈ ਮਾਰ ਦੇ ਪਰ ਇਹ ਬਾਈ ਉਹਨੇ ਰੱਸਾ ਰੁੱਸਾ ਪਾਉਣ ਲੱਗੇ ਬਾਈ। ਅਤੇ ਟਰਾਲਾ ਪੂਰਾ ਸ਼ੌਕੀਨ ਨਾਲ ਬਣਾਇਆ ਵਾ, ਲਾਈਟਾਂ ਲੁੱਟਾਂ ਲੱਗੀ ਦੀਆਂ, ਐਨ ਵਧੀਆ ਪ੍ਰੋਗਰਾਮ ਸੈੱਟ ਹੈ। 2024 ਮਾਡਲ ਹੈ ਟਰਾਲੇ ਦਾ ਬਾਈ, 20 ਸਾਡਾ, ਹਾਂ ਇਹ ਕੰਮ ਵੀ ਵਧੀਆ, ਬਿਲਕੁਲ ਬਿਲਕੁਲ, ਆਹੋ ਜਿੰਨਾ ਮਰਜ਼ੀ ਇਕੱਠਾ ਕਰ ਲੈ, ਸਹੀ ਹੈ ਸਹੀ ਹੈ। ਟਰਾਲਾ ਉਹ ਵੀ ਹੈਵੀ ਬਣਿਆ ਵਾ ਪੂਰਾ, ਹੈ ਨਾ। ਅਤੇ ਬਾਈ ਇਹਨਾਂ ਦਾ ਗੋਤ ਵੀ ਬਾਲਾ ਹੀ ਹੈ ਬਾਈ, ਸਾਡੇ ਪਿਛੋਕੜ ਪਿੰਡ ਦਾ ਹੀ ਹੈ, ਯਾਨੀ ਕਿ ਅਸੀਂ ਪਹਿਲਾਂ ਰਾਜੇ ਮਾਜਰੇ ਰਹਿੰਦੇ ਤੇ ਸਾਡੇ ਬਜ਼ੁਰਗ ਫਿਰ ਇੱਧਰ ਦੂਏ ਪਿੰਡ ਆਏ ਤੇ ਬਾਈ, ਸਾਡਾ ਗੋਤ ਵੀ ਬਾਲਾ, ਇਹਨਾਂ ਦਾ ਵੀ ਬਾਲਾ। ਅੱਗੇ ਤਾਂ ਬਾਈ ਚਲੋ ਰਾਤੇ ਥੋੜ੍ਹਾ ਰੇਤਾ ਵਾਲਾ, ਇਹ ਚੜ੍ਹਾਈਆਂ ਵੀ ਖਾਸੀਆਂ ਆਉਣੀਆਂ, ਤੁਸੀਂ ਦੇਖ ਲੈਣੀ ਆ ਕੇ, ਯਾਨੀ ਕਿ ਪੀ ਟੀ ਓ ਦਾ ਇੰਨਾ ਕੁ ਫਾਇਦਾ ਹੋ ਗਿਆ, ਨਹੀਂ ਤਾਂ ਟਰਾਲੀ ਅੱਗੇ ਅੱਗੇ ਪੱਕੇ ਮਾ ਖੜਾ ਕੇ ਭਰਨੀ ਪੈਂਦੀ। ਹੁਣ ਇਹ ਥਾਂ ਤੋਂ ਜਿੰਨੀ ਮਰਜ਼ੀ ਲੋਡ ਕਰ ਲਓ, ਕੋਈ ਚੱਕਰ ਨਹੀਂ ਹੈ, ਨਹੀਂ ਬਾਬੂ ਜੀ, ਗਿੱਲੇ ਗੁੱਲੇ ਮਾ ਕੋਈ ਚੱਕਰ ਨਹੀਂ, ਇਸ ਤਰ੍ਹਾਂ ਮਰਜ਼ੀ ਲਈ ਜਾਓ। ਅਤੇ ਮੰਜੀ ਮੁੰਜੀ ਲੱਗੀ ਬਾਈ, ਐਨ ਪੂਰਾ ਸ਼ੌਕੀਨ ਆ, ਯਾਨੀ ਕਿ ਜੋ ਟਰਾਲੇ ਯਾਰ ਟਰੈਕਟਰ ਦਾ ਰੰਗ ਬੜਾ ਮੈਂ ਘੈਂਟ ਲੱਗਿਆ, ਮੈਨੂੰ ਮੈਚ ਕਰ ਗਿਆ ਕਿ ਨਹੀਂ। ਬਾਕੀ ਗੰਨਾ ਦਾ ਘੱਟ ਰਹੇ ਬੰਦੇ, ਅਤੇ ਬਾਕੀ ਬਾਈ 15-20 ਕਿੱਲੇ ਉੱਪਰ ਲੱਗੇ ਵੇ ਇਹਨਾਂ ਦੇ। ਇੱਕ ਟਰਾਲੀ ਤਾਂ ਹਾਲ ਲੋਡ ਹੋ ਜਾਣੀ, ਹੁਣ ਦੂਜੀ ਟਰਾਲੀ ਆ ਜਾਣੀ, ਉਹਦੇ ਕਰਕੇ ਨਾ ਜਿਹੜੀ ਲੀਹ ਜਾਣੀ, ਹੁਣ ਤੁਸੀਂ ਦੇਖਣੀ ਗਾ ਇਹ ਲੀਹ ਹੁਣ ਇਹਦੇ ਨਾਲ ਪੱਕੀ ਹੋ ਜਾਣੀ ਉੱਥੇ, ਫਿਰ ਦੂਜਾ ਟਰਾਲਾ ਬਿਨਾਂ ਪੀ ਟੀ ਓ 'ਤੇ ਆ ਉਹ ਸੌਖਾ ਰਹੂਗਾ, ਤਾਂ ਕਰਕੇ ਇਹਨਾਂ ਨੇ ਪਹਿਲਾਂ ਭਰ ਕੇ ਪੱਕਾ ਕਰ ਲੈਣਾ ਹੁਣ। ਬਾਕੀ ਤੁਸੀਂ ਟਰਾਲਾ ਦੇਖੋ, ਐਨ ਵਧੀਆ ਮਜ਼ਬੂਤ ਪੂਰਾ ਹੈਵੀ ਬਣਾਇਆ ਵਾ, ਨੂਰ ਮਹਿਲ ਵਾਲਿਆਂ ਦਾ ਬਣਿਆ ਵਾ ਬਾਈ, ਹੁੱਕ ਹੱਕ ਵੀ ਐਨ ਪੂਰੀ ਮੋਟੀ ਨਰੋਈ ਹੈ। ਵੈਸੇ ਵਧੀਆ ਹਜੂ ਪੀ ਟੀ ਵਾਲਾ ਕੰਮ, ਨਜ਼ਾਰਾ ਕੰਮ ਕਰਨਾ ਨਾ, ਹਾਂ ਹਾਂ ਵਧੀਆ ਬਿਲਕੁਲ। ਬਾਈ ਦੱਸਦਾ ਕਹਿੰਦਾ ਵੀ ਤਿੰਨ ਤਿੰਨ ਟਰੈਕਟਰ ਵੀ ਪਾ ਕੇ ਹਿੱਲਦਾ ਨਹੀਂ, ਉਹੀ ਗੱਲ ਹੈ, ਇਹ ਇਕੱਲਾ ਹੀ ਨਿਕਲਿਆ ਆਉਂਗਾ ਹੁਣ, ਮਾਵਾ ਜਾ ਕਹਿੰਦਾ ਹੁਣ ਜਿਹੜਾ ਮਰਜ਼ੀ ਆਏ ਆ ਹਾਂ ਫੜ ਕੇ ਭਰਾ ਲਿਆ, ਹਾਂ ਬਿਲਕੁਲ ਜਮਾ ਟੈਂਸ਼ਨ ਨਹੀਂ, ਹਾਂ ਨਹੀਂ ਕਹਿੰਦਾ ਉਹ ਉੱਥੇ ਖੜਾਉਣਾ ਪੈਂਦਾ ਦਾਦੇ, ਉਹੀ ਗੱਲ ਹੈ, ਖਾਲੀ ਪੱਕੀ ਤੇ ਲੱਦੂਗਾ ਅਗਲਾ ਕਦ ਜਾਊਗਾ, ਪੱਕੀ ਲਈ ਮਾ ਟਾਈਮ ਵੀ ਲੱਗ ਜਾਂਦਾ ਖਾਸਾ, ਘੰਟੇ ਡੇਢ ਘੰਟੇ ਚ ਭਰਤਾ ਹੋਣਾ, ਹਾਂ ਬਿਲਕੁਲ ਬਿਲਕੁਲ, ਉਹ ਫੜ ਲੈ ਇੱਕ ਨੰਬਰ ਦਾ ਪਿੱਛੇ ਨੂੰ।
ਟਰੈਕਟਰ ਵੀ ਐਨ ਪੂਰੇ ਸ਼ੌਂਕ ਨਾਲ ਰੱਖਿਆ ਬਾਈ, ਪੂਰਾ ਹੈ ਜੀ। ਬੰਪਰ ਆ, ਟਾਇਰ ਟੂਰ ਬੜੇ ਪਾਏ ਵੇ, ਡੈੱਕ ਡੁੱਕ ਵੀ ਲੱਗਿਆ ਵਾ। ਹਜੂ ਆਪਣੇ ਕੋਲ ਵੀ ਖੜਾ ਤਾ ਜਿਹੜਾ 53-5 ਵੇਖ ਲਿਆ ਉਹ ਵੀ। ਹਾਂ ਤੇ 50-50 ਈ ਆਇਆ ਤਾ ਉਹ ਰੋਟਰੀ ਪੰਪ 'ਚ ਤਾਂ ਨਹੀਂ, 50-55 ਚੋਂ ਉਹ ਵੀ ਵੇਖ ਲਿਆ। ਜਾਊਂ ਡੀ ਆਪਾਂ ਗਾਹਕ ਛੇਤੀ ਪੈ ਜਾਂਦਾ। ਅੱਛਾ ਜੀ, ਟਰੈਕਟਰ ਘਟਾਲਾ ਅੱਛਾ ਅੱਛਾ ਮੋਡੀਫਾਈ ਕਰਾਇਆ। ਅੱਛਾ ਜੀ, ਬਸ ਠੀਕ ਆ, ਬਸ ਠੀਕ ਆ। ਨਹੀਂ ਇੰਜਣ ਬੜਾ ਕਿਹੜਾ ਟਰੱਕ ਵਾਲਾ ਰਖਾਇਆ? ਅੱਛਾ ਸਮਝ ਗਿਆ ਸਮਝ ਗਿਆ, ਕਲੋਸਕਰ ਦਾ 4 ਸਿਲੰਡਰ ਟਰਬੋ ਇੰਜਣ। ਠੀਕ ਹੈ ਠੀਕ, ਹਾਂ ਹੋਰ ਖਾਇਆ 53-10 'ਚ ਬਾਈ, ਉਹਦੀ ਵੀਡੀਓ ਬਣਾਉਂਗੇ ਆਪਾਂ। ਫਿਰ ਤਾਂ ਕਾਰਤੂਸੇ ਬਣ ਜਾਣਾ ਹਜੂ ਉਹ, ਕਿ ਨਹੀਂ? ਅਤੇ ਬਾਕੀ ਪੀ ਟੀ ਓ ਸ਼ਾਪ ਟੋਰੇ ਰੱਖਣਾ ਪੈਂਦਾ, ਅਤੇ ਲੱਗੇ ਬਾਈ ਗੇਅਰ ਪਾਉਣਾ। ਆਹ ਲੌਕ ਲਾਇਆ ਬਾਈ ਹੁਣ, ਠੀਕ ਆ। ਪੀ ਟੀ ਓ ਦਾ ਕਿਹੜਾ ਗੇਅਰ ਪਾਉਂਗੇ? ਸਿੱਧੀ ਓ ਟਰੈਕਟਰ ਦਾ ਜਿਹੇ ਨਿਊਟਰਲ ਕਰ ਲਓ ਕੋਈ ਚੱਕਰ। ਅੱਛਾ ਠੀਕ ਆ, ਕਿਵੇਂ ਲੱਗਦਾ ਬਾਈ ਨੇ ਬੀਜ ਦਾ ਗੇਅਰ ਪਾ ਲਿਆ? ਟਰਾਲਾ ਪੂਰਾ ਜ਼ੋਰ ਮਾਰਦਾ, ਦੇਖੋ ਬਾਈ ਕੋਈ ਫਰਕ ਨਹੀਂ ਮੂਡ ਖੇਡਣ ਦਾ। ਜੇ ਆਪਾਂ ਨੂੰ ਐਕਸੀਡੈਂਟ ਦਾ ਡਰ ਹੋਵੇ ਨਾ, ਕੋਈ ਚੱਕਰ ਨਹੀਂ ਹੈ। ਤੁਹਾਨੂੰ ਆਵਾਜ਼ਾਂ ਸੁਣਦੀਆਂ ਹੋਣੀਆਂ ਪਿੱਛੇ ਪਿੱਛੇ ਦੀਆਂ, ਪੂਰਾ ਜ਼ੋਰ ਮਾਰ ਕੇ ਚੱਲ ਰਿਹਾ ਬਾਈ। ਬਾਕੀ ਤੁਸੀਂ ਨੀਲ ਨੂੰ ਦੇਖ ਲਓ, ਆਹ ਦੇਖੋ ਆਹ ਸਾਰੀ ਨਾਰਮਲ ਹੀ ਹੈ, ਮੈਂ ਇਹੀ ਤੁਰਿਆ ਆਉਣਾ। ਇੱਧਰ ਨੂੰ ਆਜਾ, ਆ ਲੋ ਜੀ। ਜਾ ਰਿਹਾ ਬਾਈ ਮੋਲੀ ਨਾਲ ਜਮਾ ਹੀ, ਕੋਈ ਚੱਕਰ ਨਹੀਂ। ਚੱਕਰ ਪਤਾ ਕਿਆ ਕਹਿਣਾ, ਪੀ ਟੀ ਓ ਲਾਈ ਵੀ ਆਪਾਂ ਨੇ, ਉੱਪਰ ਵਜਨ ਪੈ ਜਾਂਦਾ ਟਾਇਰ ਆਪਾਂ, ਉਹਦੇ ਨਾਲ ਫਾਇਦਾ ਹੀ ਮਿਲਦਾ ਆਪਾਂ ਨੂੰ ਹੋਰ ਵੱਧ, ਕਿ ਟਰਾਲੇ ਮਾ ਗ੍ਰਿਪ ਬਣ ਜਾਂਦਾ ਵਧੀਆ, ਜ਼ੋਰ ਵਧੀ ਜਾਂਦਾ ਫਿਰ। ਅਤੇ ਬਾਈ ਆਹ ਦੇਖੋ ਰਾਹ ਕੱਚਾ ਸਾਰਾ, ਪੂਰੇ ਇੰਡਰੈਕਟਰ ਨੇ ਮੂਲੀ ਵਾਂਗ ਨਿਕਲਿਆ ਹੁਣ, ਦੇਖਿਆ ਹੁਣ ਹੁਣ ਗੇਅਰ ਪਾਇਆ ਵਾ ਨਾ, ਫਿਰ ਭਜਾ ਨਹੀਂ ਸਕਦੇ ਬਹੁਤਾ, ਪੀ ਟੀ ਓ ਚੱਕਰ ਵੱਧ ਆ। ਆਰਾਮ ਨਾਲ ਲੈ ਕੇ ਆ ਰਹੇ ਬਾਈ, ਬਾਪੂ ਨੇ ਸਾਰਾ ਗੰਨਾ ਇੱਧਰ ਆਪਣਾ ਹੀ ਆ ਦੇਖ ਲਓ ਜੀ, ਉਹ ਅੱਗੇ ਜਿਹਾ ਟਾਈਮਾਂ ਵੀ ਦੇਖੋਗੇ ਆਪਾਂ ਦੇਖਣ ਚੱਲਦਾ ਇਹ। ਆ ਲਓ ਟਰਾਲਾ ਟਰੈਕਟਰ ਨੂੰ ਤੱਕ ਮਾਰਿਆ, ਤੁਸੀਂ ਟਾਇਰ ਦੇਖੋ ਟਰਾਲੇ ਟਰੈਕਟਰ ਦੇ,
ਇਹ ਦੂਜਾ 20 ਪਾਇਆ ਵਾਲਾ ਆਂਦਾ ਬੰਦਾ ਕੋਈ ਫਰਕ ਨਹੀਂ ਟਰਾਲੇ ਨੂੰ ਬਾਈ ਐ ਨਾ ਆ ਗਏ ਹਾਂ ਟਰਾਲੇ ਐਨ ਪੂਰਾ ਜ਼ੋਰ ਮਾਰ ਜਾ ਟਰਾਲਾ ਲੀਟਰ ਉੱਥੇ ਉਤਰਿਆ ਨਾ ਹਜੂ ਪਿੱਛੇ ਚੜਾਈ ਵਾ ਟਰਾਲਾ ਧੱਕ ਮਾਰ ਦਿੱਤਾ ਅੱਗੇ ਨੂੰ ਟਾਇਰ ਫਿਰ ਵੀ ਅੱਗੇ ਨੂੰ ਜ਼ੋਰ ਮਾਰ ਦਿੱਤੇ ਟਰੈਕਟਰ ਟਰਾਲੇ ਤੋਂ ਬਾਕੀ ਆਹ ਦੇਖੋ ਬਾਈ ਇਹ ਯਾਰ ਰਸਤਾ ਤਾਂ ਉਰੇ ਲੀਟਰ ਇਕੱਲਾ ਨਿਕਲ ਨਹੀਂ ਸਕਦਾ ਉਹ ਪਰ ਉੱਥੇ ਟਰਾਲੇ ਨੇ ਬਹਿ ਜਾਣਾ ਜੇ ਨਾ ਜ਼ੋਰ ਮਾਰਦਾ ਹੈ ਨਾ ਹਾਂ ਆਹ ਦੇਖੋ ਰੇ ਆਹ ਦੇ ਤੂੰ ਗੁੱਡੀਆਂ ਕਣਾਂ ਟੁੱਟੀ ਪਈਆਂ ਸਾਰੀਆਂ ਇਹ ਟਰਾਲੇ ਨੂੰ ਜ਼ੋਰ ਮਾਰਿਆ ਵਾ ਜਾਂ ਵਜਨ ਪਏ ਉਰੇ ਵਧੀਆ ਬਾਈ ਪੂਰਾ ਕੰਮ ਸਿਸਟਮ ਗੰਨਾ ਹੋਰ ਟਾਈਟ ਕਰੂੰਗੇ ਬਾਈ ਰੱਸਾ ਕਹਾਂ ਜਾ ਕੇ ਠੀਕ ਆ ਬਿਲਕੁਲ ਬਿਲਕੁਲ ਹਾਂ ਸਹੀ ਹੈ ਬਸ ਠੀਕ ਹੈ ਹਾਂ ਬਈ ਚੋਲ ਵੱਧ ਮਾਰਨੀ ਦੇਣਾ ਸਪੀਡ ਮਾਂ ਸਮਝ ਗਿਆ ਮੈਂ ਠੀਕ ਹੈ ਹਾਂ ਹਾਂ ਯਾਨੀ ਕਿ ਪੇਟੀਓ ਦੀ ਚਾਲ ਏ ਹੌਲੀ ਕਰਕੇ ਫਿਰ ਗੰਨਾ ਹਿੱਲਦਾ ਵੀ ਨਹੀਂ ਹੈ ਬਸ ਠੀਕ ਹੈ ਠੀਕ ਹੈ ਹਾਂਜੀ 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 ਮੈਂ ਤਾਂ ਗੁੱਡੀਆਂ ਟੁੱਟੀ ਪਈਆਂ ਉੱਥੇ ਹਾਂ ਬਿਲਕੁਲ ਮਾਰੇ ਜ਼ੋਰ ਨੇ ਹਾਂ ਹਾਂਜੀ ਹਾਂਜੀ ਹਾਂ ਠੀਕ ਆ ਯਾਨੀ ਕਿ ਤੁਹਾਨੂੰ ਤੁਹਾਨੂੰ ਚਾਲ ਬਰਾਬਰ ਰੱਖਣੀ ਪੈਂਦੀ ਟਾਇਰਾਂ ਦੀ ਖਿਚਾਈ ਰੱਖਦਾ ਬਸ ਸਮਝ ਗਿਆ ਬਾਈ ਠੀਕ ਆ ਉਰੇ ਮੈਂ ਦੇਖਿਆ ਤੁਸੀਂ ਤਾਰਿਆ ਨਾ ਉਰੇ ਨੂੰ ਉਹ ਟਾਇਰ ਟਰੈਕਟਰ ਦੇ ਰੁਕ ਗਏ ਤੇ ਟਰਾਲੇ ਧੱਕੇ ਮਾਰੀ ਗਾ ਫਿਰ ਵੀ ਚੱਲੀ ਫਿਰ ਆਪਾਂ ਸਾਨੂੰ ਆ ਦੇਖੋ ਬਾਈ ਇਹ ਉਰੇ ਆਲੂ ਉਲੂ ਤੇ ਉਰੇ ਪੀਟੀ ਵਾਲਾ ਟਰਾਲਾ ਚੱਲਿਆ ਵਾ ਅਸੀਂ ਡੋਲਾ ਡੋਲਾ ਵਾ ਉੱਕਣੀ ਜਾਈ ਆ ਕੋਈ ਚੱਕਰ ਨਹੀਂ ਹੈ ਪੀਟੀ ਦਾ ਨਜ਼ਾਰਾ ਤਾਂ ਬਥੇਰਾ ਬਾਈ ਯਾਨੀ ਕਿਹੜੇ ਗੰਨੇ ਗੁੰਨੇ ਵਾਲੇ ਆ ਨਾ ਆਲੂ ਵਾਲੇ ਉਹਨਾਂ ਖਾਤਰ ਵਧੀਆ ਚੀਜ਼ ਹੈ ਬਾਈ ਆਪਾਂ ਐਵੇਂ ਕਹੀਏ ਹੈ ਨਾ ਯਾਨੀ ਕਿ ਮੁੱਖ ਦੀ ਗੱਲ ਆਹੀ ਹੈ ਬਾਈ ਖੋਜ ਵੀ ਤਾਂ ਹੀ ਹੁੰਦੀ ਹੈ ਜੇ ਕੋਈ ਲੋੜ ਹੋਵੇ ਲੋੜ ਨਾਲੇ ਖੋਜ ਹੈ ਉਹਨਾਂ ਚੀਜ਼ ਦੀ ਲੋੜ ਦੀ ਖੋਜ ਆਟੋਮੈਟਿਕਲੀ ਕਰ ਲਈ ਬੰਦੇ ਬਥੇਰੇ ਜਗਾੜੂ ਆਪਣੇ ਹੈ ਨਾ ਪੀਟੀਓ ਦਾ ਨਜ਼ਾਰਾ ਤਾਂ ਬਥੇਰਾ ਵੈਸੇ ਚਲੋ ਗਾਹਾਂ ਜਾ ਕੇ ਦੇਖਦੇ ਹਾਂ ਦੋ ਤਿੰਨ ਚੜਾਈਆਂ ਚੜਾ ਕੇ ਨਾ ਕਿੱਦਾਂ ਕੁ ਫਰਕ ਹੈ ਆਹ ਦੇਖੋ ਰਿਹਾ ਲੀਹ ਲੂਹ ਲਪਈ ਵੀ ਸਾਰੀ ਉਹ ਕੋਈ ਫਰਕ ਨਹੀਂ ਟਰੈਕਟਰ ਨੂੰ ਡੋਲਾ ਡੋਲਾ ਦਾ ਬਾਈ ਕਹਿੰਦਾ ਵੀ ਜੇ ਤੂੰ ਸਿੱਧੀ ਹੈਲਮਟ ਪਾ ਦੇ ਤਾਂ ਵੀ ਟਰਾਲੇ ਨਿਕਲੇ ਆਉਣਾ ਕਿ ਟਰਾਲੇ ਟਾਇਰਾਂ ਵਜਨ ਪੂਰਾ ਗੰਨੇ ਦਾ ਅਤੇ ਉੱਪਰ ਦੇ ਟਰਾਲੇ 'ਤੇ ਜ਼ੋਰ ਮਾਰ ਦਿਆ ਦੇਖੋ ਆਹ ਪੱਟਿਆ ਸਾਰੇ ਹੀ ਆਹ ਟਰਾਲੇ ਨੇ ਪੱਟੀ ਵੀ ਮਿੱਟੀ ਸਲਿੱਪ ਮਾਰ ਕੇ ਵਧੀਆ ਕੰਮ ਹੈ ਬਾਈ ਅਤੇ ਬਾਈ ਕਹਿੰਦਾ ਯਾਨੀ ਕਿ ਜੇ ਆਪਾਂ ਪਹਿਲੇ ਏ ਵਿੱਚ ਰੱਖੀਏ ਨਾ ਫਿਰ ਟਰੈਕਟਰ ਦੀ ਡਿੰਗ ਘੱਟ ਜਾਂਦੀ ਟਰਾਲੇ ਦੀ ਵਧੀ ਵੀ ਮਿਲਦੀ ਹੈ ਜੇ ਆਪਾਂ ਦੂਜਾ ਏ ਪਾ ਲਿਆ ਫਿਰ ਟਰੈਕਟਰ ਖਿਚਾਈ ਰੱਖਦਾ ਮੂਹਰੇ ਨੂੰ ਟਰੈਕਟਰ ਸਲਿੱਪ ਨਹੀਂ ਮਾਰਦਾ ਆਹੋ ਦੇਖੋ ਜੀ ਆਹ ਦੇਖੋ ਬ੍ਰੇਕਾਂ ਲਾਈ ਦੀਆਂ ਟਰੈਕਟਰ ਨੂੰ ਅਤੇ ਟਰਾਲਾ ਜ਼ੋਰ ਮਾਰ ਕੇ ਚੱਲ ਰਿਹਾ ਆਹ ਦੇਖੋ ਜੀ ਫਰਕ ਪੀਟੀਓ ਦਾ ਬਾਈ ਵੈਸੇ ਕਰਦੇ ਨਹੀਂ ਆਪਣੇ ਕਰਕੇ ਬਾਈ ਦਿਖਾ ਰਹੇ ਆਪਾਂ ਨੂੰ ਕਰਕੇ ਵੀ ਇੰਨਾ ਫਰਕ ਹੈ ਪੀਟੀਓ ਟਰਾਲੀ ਦਾ
ਬਹੁਤ ਵਧੀਆ ਬਾਈ। ਆਹ ਦੇਖੋ ਕਢਾਈ ਵਾਲਾ ਟਰਾਲਾ, ਫਿਰ ਵੀ ਟਰਾਲਾ ਜਾਣ ਲੱਗਾ ਕਾਹਨੂੰ। ਆਹ ਦੇਖੋ ਕੋਈ ਚੱਕਰ ਨਹੀਂ ਹੈ ਟਰਾਲੇ ਨੂੰ, ਨਜ਼ਾਰਾ ਬਾਈ ਪੀਟੀਓ ਦਾ। ਟਾਇਰ ਕਿੰਨੇ ਨਾ ਵਧੀਆ, ਆਵਾਜ਼ ਸੁਣਦੀ ਹੋਣੀ ਸਾਨੂੰ ਇਹ ਸਾਰੀ ਪੀਟੀਓ ਦੀ। ਆਉਦੇ ਕਿੰਨਾ ਦਵਿਆ, ਫਿਰ ਵੀ ਆਪਣੀ ਨਿਕਲਿਆ ਕਿਸੇ ਨੂੰ, ਕੋਈ ਚੱਕਰ ਨਹੀਂ। ਆਉਦੇ ਗਿੱਲਾ ਤਾਂ ਦੇਖੋ, ਕਿਆ ਹੋਇਆ ਬਾਈ? ਬਸ ਇੰਨਾ ਕੇ ਅਗਾਂਹ ਨਿਕਲੂਗਾ ਬੇ, ਹਾਂ ਸਿੱਧੀ ਚੜ੍ਹਾਈ ਉਹਦਾ, ਕੋਈ ਚੱਕਰ ਨਹੀਂ। ਮੈਂ ਠੀਕ ਹੈ ਅਤੇ ਬਾਈ ਹੁਣ ਇੱਕਣਾ ਸਿਸਟਮ ਅਨਲੋਕ ਕਰਕੇ ਖੋਲ੍ਹਣੀ ਹੁਣ ਇਹ, ਅਤੇ ਗੇਅਰ ਕੱਢੂੰਗੇ ਪਹਿਲਾਂ। ਬਸ ਠੀਕ ਆ, ਯਾਨੀ ਕਿ 4x4 ਦੇ ਵੀ ਉੱਪਰ ਇਹ ਚੀਜ਼ ਹੈ ਬਾਈ ਇਹ। ਗੰਨੇ ਨੇ ਹਿੱਲਣਾ ਤਾਂ ਬਿਲਕੁਲ ਸੌਖਾ ਜਾ ਗਿਆ, ਜਮਾਂ ਖਾਲੀ ਹੁੰਦਾ ਦੇਖਣਾ। ਹਾਂ ਕਰ ਲੂ ਵੀਰੇ ਅਨਲੋਕ, ਕੋਈ ਨੀ ਇਹਨੂੰ ਖੋਲ ਲੈ। ਤੇ ਬਾਈ ਨੇ ਪਤਾ ਬਾਈ ਦੂ ਆਪਣਾ 53 ਦਾ ਤਿਆਰ ਕਰਾਇਆ ਇੱਕ, ਉਹ ਮੈਂ ਕਲੋਸ ਕਰਨ ਦਾ ਇੰਜਨ ਰੱਖਿਆ, ਉਹਦੀ ਵੀਡੀਓ ਬਣਾਉਂਗੇ ਆਪਾਂ। ਅਤੇ ਬਾਈ ਇਹਨਾਂ ਦਾ ਕੰਮ ਵੈਸੇ ਗੰਨੇ ਦਾ ਭਾਰਾ ਜ਼ਿਆਦਾ, ਆਲੂ ਆ ਗੰਨੇ ਦਾ, ਤਾਂ ਕਰਕੇ ਇਹਨਾਂ ਨੂੰ ਸੰਦ ਸੰਦੇ ਦਾ ਭਾਰੀ ਰੱਖਣਾ ਪੈਂਦਾ, ਪਾਵਰਫੁੱਲ ਰੱਖਣਾ ਪੈਂਦਾ, ਕਿਉਂਕਿ ਜਦੋਂ ਕੰਮ ਬੜਾ ਹੋ ਜਾਂਦਾ ਫਿਰ ਬਾਈ ਤੇਲ ਨਹੀਂ ਦੇਖਿਆ ਜਾਂਦਾ, ਫਿਰ ਕੰਮੇ ਦੇਖਿਆ ਜਾਂਦਾ। ਬਾਕੀ ਫਿਰ ਆਪਾਂ ਜਦੋਂ ਵੀਡੀਓ ਬਣਾਉਂਗੇ ਜਦੋਂ ਆ ਗਿਆ ਡਾਕਟਰ, ਠੀਕ ਹੈ ਜੀ, ਚਲੋ ਚੱਲੀਏ ਫਿਰ। ਅਤੇ ਡਾਕਟਰ ਦਾ ਬਾਈ ਹੁਣ ਪੀਟੀਓ ਗੇਅਰ ਕਰਤਾ ਨਿਊਟਰਲ, ਅਤੇ ਬਾਈ ਨੇ ਕਿਹਾ ਵੀ ਜੇ ਆਪਾਂ ਗੇਅਰ ਪਾ ਕੇ ਰੱਖਦੇ ਨਾ ਫਿਰ ਆਵਾਜ਼ ਆਉਂਦੀ ਹੈ ਗੇਅਰ ਬਾਕਸੇ 'ਚ, ਯਾਨੀ ਕਿ ਲੋਅ ਸਪੀਡ ਗੇਅਰ ਬਾਕਸ ਆ ਨਾ, ਇਹ ਸਿਰਫ ਜ਼ੋਰ ਮਾਰਨੇ ਖਾਤਰ ਹੈ, ਸੜਕ 'ਤੇ ਜੋਗਾ ਨਹੀਂ ਹੈਗਾ। ਹੁਣ ਡਾਕਟਰ ਨਿਊਟਰਲ ਆਉਂਦਾ ਹੈ, ਤੁਸੀਂ ਦੇਖੋ ਕਿੰਨਾ ਫਰਕ ਹੈ, ਠਾਲਾ ਮਾਰਦਾ ਹੁੰਦਾ ਡਾਕਟਰ, ਦੱਬ ਹੀ ਰਿਹਾ ਜੇ ਛੋਟਾ ਕਰਿਆ ਬਾਈ ਨੇ। ਮੋਟਰ ਦਾ ਨਿਊਟਰਲ ਹੈ, ਠੀਕ ਹੈ ਬਾਈ, ਓਕੇ। ਬਸ ਗਿਆ ਹੁਣ, ਯਾਨੀ ਕਿ ਸੜਕ ਵਾ ਬਾਈ, ਗੇਅਰ ਨਿਊਟਰਲ ਕਰ ਲਵੇ ਆਪਾਂ, ਤਾਂ ਜ਼ੋਰ ਮਾਰਨਾ ਹੈ ਫਿਰ ਗੇਅਰ ਪਾ ਲਓ। ਪਿਲਿਆ ਬਾਣੀ ਚੱਲੀਏ, ਵਿਆਹ ਖਾਈਏ ਜਾ ਕੇ ਹੁਣ, ਹੈ ਵਿਆਹ ਖਾਣੇ ਜਾ ਕੇ ਹੁਣ, ਠੀਕ ਹੈ। ਇਹ ਮਤਵਾੜੇ ਆ ਗਏ ਬਾਈ ਆਪਾਂ, ਅਤੇ ਜਿੱਥੇ ਆਪਾਂ ਨੇ ਤੁਹਾਨੂੰ ਪਹਿਲੀ ਵੀਡੀਓ ਦੇਖੀ ਸੀ ਨਾ ਕਰਾਹੀ ਵਾਲੀ, ਤੁਸੀਂ ਜਿਹੜੀ ਆਪਾਂ ਕਹਿੰਦੇ ਤੇ ਵੀ ਹਾਂ ਪੱਧਰਾ ਕਰਨਾ, ਉਹ ਹੁਣ ਦੇਖਿਆ ਉਰੇ ਕਿਹੜੇ ਦੇ ਹਿਸਾਬ ਨਾਲ ਪੱਧਰਾ ਹੋਇਆ ਵਾ, ਅਤੇ ਮੁੰਡੇ ਤੈਨੂੰ ਇਹ ਮੁੱਲ ਦੇਖ ਚੜਾਈ ਬਾਈ। ਆਹ ਦੇਖੋ ਕਰਦਾ ਫਲੈਟ ਹੈ ਨਾ, ਇੱਕੋ ਟੱਕ ਇਹ ਹੁੰਦਾ ਕੰਮ। ਆਹ ਦੇਖੋ ਜੀ, ਐਰੋ ਜੋ ਮਰਜ਼ੀ ਖੇਲੀ ਜਾਓ, ਐਂ ਸਿੱਧਾ ਇੱਕੋ ਲੈਵਲ ਆ, 0-0 ਜਮਾਂ ਟੋਟਲੀ ਸਾਰਾ ਉਰੇ ਅਤੇ ਉਹ ਉੱਪਰਾਂ ਤੱਕ ਬੜਾ ਤਾ, ਇੱਕੋ ਟੱਕ ਮੁੰਡਿਆਂ ਨੇ ਕਹਿੰਦੇ ਮਿਹਨਤ ਕਰਕੇ। ਆਹ ਫਰਕ ਹੁੰਦਾ ਬਾਈ ਲੇਜਰ ਦਾ, ਤਾਂ ਗੱਡੀਆਂ ਗੁੱਡੀਆਂ ਲੰਘ ਕੇ ਕਰਕੇ ਜਗ੍ਹਾ ਦੱਬ ਗਈ, ਪਰ ਹੁਣ 0-0 ਕਰਤਾ ਇਹਨਾਂ ਨੇ ਆਪਣੀ ਕਿਤੇ, ਹੈ ਨਾ, ਦੁਬਾਰਾ ਤਾਂ ਲੇਜਰ ਮਾਰਨਾ ਪਊ ਇੱਕ ਵਾਰੀ। ਆਹ ਜਗ੍ਹਾ ਬਹੁਤ ਦੱਬ ਗਈ ਟਿੱਪਰਾਂ ਟੁੱਪਰਾਂ ਕਰਕੇ, ਸਾਰਾ ਏਰੀਆ ਮਧਰਾ ਹੋ ਗਿਆ, ਐਨ ਵਧੀਆ ਬਣਾਉਂਦਾ। ਐਨ ਬਣਾ ਲਾ ਬਾਈ, ਅੱਠੋ ਅੱਠੀ ਆਹ ਗੁੱਡੀ ਚੱਕਣ ਲੱਗ ਗਏ, ਚੱਕ ਭਾਗਾਂ ਵਾਲੀ ਦੇ ਚੱਕਿਆ ਹੀ ਰਹਿ ਗਿਆ ਲਾ।
ਹੁਣ ਥੱਲੇ ਬਲੋ ਮਾਰ ਗਿਆ ਹੋਰ ਕੋਈ ਅੱਛਾ ਥੱਲੇ ਦਾ ਟੱਕਾ ਹਾਏ ਖੇਤ ਇਹ ਪਲਾ ਟੱਕਾ ਲੈਦਾ ਕਰਤਾ ਇਹਨਾਂ ਨੇ ਨੀਚੇ ਵਾਲਾ ਲੈਦਾ ਏ ਉਰੇ ਆਪਾਂ ਇੱਥੇ ਸਟੰਟ ਬਾਜੀ ਕਰਦੇ ਤੇ ਚੌੜਾ ਕਰਦੇ ਸਮਝ ਲਓ ਇੱਥੇ ਆਪਾਂ ਉਹ ਜਗ੍ਹਾ ਹੈ ਆਪਾਂ ਨੇ ਮੱਚ ਬਰੀਕੀਆਂ ਲੱਗੇ ਹੋਏ ਤੇ ਥੱਲੇ ਤੇ ਦੂਆ ਖੇਤ ਹੋਰ ਆ ਬਾਕੀ ਉੱਧਰ ਸਾਰੇ ਟਿੱਬੇ ਟੁੱਬੇ ਚੱਕਦੇ ਆ ਪੱਧਰਾ ਕਰ ਲੈਣਾ ਹੁਣ ਚਲੋ ਵਧੀਆ ਬਾਈ ਜ਼ਮੀਨ ਕਿਸੇ ਖੁੰਝੇ ਤੇ ਲੱਗੀ ਹਾਂ ਥੱਲੇ ਵੀ ਦੇਖਦੇ ਬੱਲੇ 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 ਪਰਮਾਤਮਾ ਸੱਚੇ ਪਾਤਸ਼ਾਹ ਕਿੰਨਾ ਡੂੰਘਾ ਅੱਜੂ ਅੱਜੂ ਮੈਂ ਸੋਚ ਤੂੰ ਜੇ ਪਾਣੀ ਮੀਂਹ ਆ ਗਿਆ ਇਹਨੂੰ ਵੀ ਤਾਂ ਚੱਕਣੀ ਹੋ ਪੈਣੀ ਯਾਰ ਚੱਕਣੀ ਤਾਂ ਪੈਣੀ ਮੇਰੇ ਖਿਆਲ ਨਾਲ ਮਿੱਟੀ ਮੁੱਟੀ ਪਾਉਂਗੇ 20 25 ਫੁੱਟ ਤਾਂ ਹੋਣਾ ਤਾਂ ਮੈਂ ਕਹਿੰਦਾ ਮਿੱਟੀ ਪਾ ਰਹੇ ਹਾਂ ਕਿ ਚੱਕ ਰਹੇ ਹਾਂ ਉਹਦੇ ਤੇ ਚੱਕ ਰਹੇ ਹਾਂ ਅੱਜ ਚੱਕ ਰਹੇ ਹਾਂ ਪਰਤਾ ਕਿੰਨੀਆਂ ਬਣੀਆਂ ਵੇ ਉੱਥੇ ਖੇਤ ਹਨਾ ਬਸ ਆਹੀ ਟਿੱਬਾ ਰਹਿ ਗਿਆ ਇੱਕ ਆਪਣਾ ਛੋਟਾ ਜਿਹਾ ਹਾਂ ਬਾਕੀ ਤਾਂ ਸਾਰੀ ਪੱਧਰੀ ਹੋਈ ਵੀ ਉਹ ਬਲਮ ਦਾ ਇੱਧਰ ਦਾ ਸਾਈਡ ਰਹਿ ਗਿਆ ਟਿੱਬੇ ਜੇ ਤੂੰ ਮੈਂ ਦੇਖ ਲੈ ਕਿਹੜੇ ਟਾਈਮਾਂ ਤੋਂ ਪਾਣੀ ਚੱਲਿਆ ਵਾ ਹੋਊਗਾ ਪੁਰਾਣੇ ਟਾਈਮਾਂ 'ਚ ਕਿੰਨਾ ਪਾਣੀ ਲੰਘਿਆ ਵਾ ਚੱਲੀਏ ਚਲੋ ਜੀ ਵਿਆਹ ਦੇਖੀਏ ਹੁਣ ਜਾ ਕੇ ਚੱਕ ਗੱਡੀ ਇਹ ਚੱਕ ਲੈ ਸਟੈਂਡ ਮੈਂ ਤੇਰਾ ਗੇਅਰ ਦੇਖਣ ਲਾਇਆ ਮੈਂ ਗੇਅਰ ਪਾਉਂਦਾ ਸਟੈਂਡ ਰਹਿ ਗਿਆ ਕਹਿਣਾ ਚੱਲ ਸਟੈਂਡ ਕਿੱਥੇ ਹੋ ਗਿਆ ਚੱਕ ਚੱਲ 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 ਚੱਲ